ਹੈ ਵੀ ਜਿੰਨੇ ਟੈਕਸ ਪੇ ਕਰਨ ਵਾਲੇ ਮੇਰੇ ਦੇਸ਼ ਦੇ ਕਰਦਾਤਾ ਨੇ, ਉਹਨਾਂ ਦੀ ਇੱਕ ਕਮੇਟੀ ਬਣੇ, ਉਹਨਾਂ ਦੀ ਤੋਂ ਇਕੱਠਾ ਕੀਤਾ ਹੋਇਆ ਪੈਸਾ ਜਿੱਥੇ ਖਰਚ ਕਰੋ ਉਹਨਾਂ ਦੀ ਰਾਇ ਲਈ ਜਾਵੇ, ਉਹ ਪੈਸਾ ਦੇਸ਼ ਦੇ ਵਿਕਾਸ ਦੇ ਵਿੱਚ ਲੱਗੇ, ਸਾਇੰਸ ਦੇ ਉੱਤੇ ਲੱਗੇ, ਮੈਡੀਕਲ ਸੁਵਿਧਾਵਾਂ ਦੇ ਉੱਤੇ ਲੱਗੇ, ਨਾਗਰਿਕਾਂ ਦੀ ਬਿਹਤਰੀ ਦੇ ਵਾਸਤੇ ਉਹ ਪੈਸਾ ਲੱਗੇ, ਅਤੇ ਤੁਸੀਂ ਇਹਨਾਂ ਗੁੰਡਿਆਂ ਦੀ ਖਾਤਰ ਪੈਸਾ ਲਾ ਰਹੇ ਹੋ ਸਾਰਾ ਸਾਡਾ। ਜ਼ਿਲ੍ਹਿਆਂ ਨੂੰ ਤੁਸੀਂ ਹੋਸਟਲ ਬਣਾ ਕੇ ਰੱਖ ਦਿੱਤਾ ਹੈ। ਤੁਸੀਂ ਪਿਛਲੇ ਦਿਨੀ ਇਸ ਪਾਪੀ ਦੀਆਂ ਫੋਟੋਆਂ ਵੇਖੀਆਂ ਹੋਣਗੀਆਂ, ਕਿੱਦਾਂ ਫੁੱਲਾਂ ਵਾਲੀ ਰਜਾਈ ਦੇ ਉੱਤੇ 3 ਫੋਨ ਪਏ ਨੇ ਫਰੀਦਕੋਟ ਜੇਲ੍ਹ ਦੇ ਉੱਤੋਂ। ਪਿਛਲੇ ਦਿਨੀ ਤੁਸੀਂ ਇੱਕ ਇਹਨਾਂ ਨੇ ਪਾਈ ਸੀਗੀ ਸਰਕਾਰ ਦੇ ਜਵਾਈ, ਕੈਪਸ਼ਨ ਪਾਇਆ ਸੀਗਾ ਇੱਦਾਂ ਦਾ ਉਹਦੇ 'ਤੇ ਲਿਖ ਕੇ, ਤਾਂ ਬੇਸ਼ੱਕ ਉਹ 24 ਘੰਟਿਆਂ 'ਚ ਹੀ ਰਿਮੂਵ ਕਰਤਾ, ਪਰੰਤੂ ਫਿਰ ਵੀ ਸਾਡੇ ਕੋਲ ਪਹੁੰਚ ਗਿਆ ਕਾਫੀ ਹੱਦ ਤੱਕ ਉਹ। ਤਾਂ ਉਹ ਜੇ ਉਹਨਾਂ ਦੀ ਇੰਨੀ ਸਰਕਾਰ ਦੇ ਜਮਾਈ ਕਹਿਣ ਦੀ ਹਿੰਮਤ ਹੋਈ ਹੈ, ਤਾਂ ਜੇ ਤੁਸੀਂ ਜਮਾਈਆਂ ਵਾਂਗੂ ਭਾਈ ਰੱਖ ਦਿਓ ਫਿਰ ਹੀ ਕਹਿੰਦੇ ਅਗਲੇ। ਸੋ ਗੌਰਮੈਂਟ ਬਿਲਕੁਲ ਇਸ ਮਾਮਲੇ 'ਚ ਹੱਥ ਖੜ੍ਹੇ ਕਰੀ ਖੜ੍ਹੀ ਹੈ। ਦੋ ਗੱਲਾਂ ਨੇ, ਜਾਂ ਤਾਂ ਇਹ ਇੰਨੇ ਕਮਜ਼ੋਰ ਨੇ ਵੀ ਇਹਨਾਂ 'ਚ ਕੋਈ ਫੈਸਲਾ ਲੈਣ ਦੀ ਪਾਵਰ ਹੀ ਹੈ ਨਹੀਂ, ਜਾਂ ਇਹ ਇੰਨੇ ਬੇਈਮਾਨ ਨੇ ਵੀ ਗੈਂਗਸਟਰਾਂ ਦਾ ਇਕੱਠਾ ਕੀਤਾ ਹੋਇਆ ਪੈਸਾ ਇਹਨਾਂ ਦੀਆਂ ਜੇਬਾਂ ਦੇ ਵਿੱਚ ਜਾ ਰਿਹਾ। ਦੋ ਗੱਲਾਂ ਤਾਂ ਹੈਗੀਆਂ ਨੇ, ਨਹੀਂ ਸਰਕਾਰ ਆਪਣਾ ਰਾਜ ਧਰਮ ਨਿਭਾਵੇ ਤਾਂ ਕੋਈ ਕੌਣ ਰੋਕ ਸਕਦਾ। ਅਸੀਂ ਇੰਨਾ ਵੱਡਾ ਬਦਲਾਅ ਲੈ ਕੇ ਆਏ, ਸਾਨੂੰ ਨਹੀਂ ਪਤਾ ਸੀ ਇਹ ਬਦਲਾਅ ਸਾਡੀਆਂ ਜ਼ਿੰਦਗੀਆਂ ਨੂੰ ਇਸ ਤਰ੍ਹਾਂ ਇੰਨਾ ਜ਼ਿਆਦਾ ਤਬਾਹ ਕਰ ਦੂੰਗਾ। ਇਹਨਾਂ ਨੇ ਇੰਨੀ ਬੁਝਲੀ ਧਾਰ ਲਈ, ਲੱਖਾਂ NRI-ਆਂ ਦੇ ਵਿਦੇਸ਼ਾਂ 'ਚ ਬੈਠਿਆਂ ਦੇ ਮਨਾਂ ਦੇ ਵਿੱਚ ਵੀ ਇਹ ਸੀਗਾ ਵਹਿਮ ਵੀ ਪਤਾ ਨਹੀਂ ਨਵੇਂ ਬੰਦੇ ਆ ਕੇ ਕੀ ਕਰ ਦੇਣਗੇ। ਇਹਨਾਂ ਨੇ ਤਾਂ ਸਾਡਾ ਬੇੜਾ ਹੀ ਗਰਕ ਕਰਤਾ ਬਿਲਕੁਲ। ਆਹ ਤੁਹਾਡੇ ਸਾਹਮਣੇ ਦੇਖ ਲਓ, ਮੇਰਾ ਬੱਚਾ 2 ਮਕਾਨ ਕਮਰਿਆਂ ਦੇ ਮਕਾਨ 'ਚੋਂ ਉੱਠ ਕੇ ਵੀ ਅੱਜ ਮਹਿਲ ਮਾੜੀਆਂ ਤੱਕ ਪਹੁੰਚਿਆ ਸੀ, ਤਾਂ ਸਾਨੂੰ ਨੂੰ ਇਸੇ ਕਰਕੇ ਬੁਰਾ ਲੱਗ ਗਿਆ ਕਿ ਅਸੀਂ ਇਹਨਾਂ ਦੇ ਪੈਰੀਂ ਹੱਥ ਨਹੀਂ ਲਾਏ। ਸਾਨੂੰ ਕਮਾਈ ਅਸੀਂ ਤਾਂ ਕਰ ਸਕਦੇ ਹਾਂ ਜੇ ਅਸੀਂ ਗੁੰਡਿਆਂ ਦੀ ਅਧੀਨਗੀ ਕਬੂਲ ਹੈ ਵੀ ਜਿੰਨੇ ਟੈਕਸ ਪੇ ਕਰਨ ਵਾਲੇ ਮੇਰੇ ਦੇਸ਼ ਦੇ ਕਰਦਾਤਾ ਨੇ, ਉਹਨਾਂ ਦੀ ਇੱਕ ਕਮੇਟੀ ਬਣੇ, ਉਹਨਾਂ ਦੀ ਤੋਂ ਇਕੱਠਾ ਕੀਤਾ ਹੋਇਆ ਪੈਸਾ ਜਿੱਥੇ ਖਰਚ ਕਰੋ ਉਹਨਾਂ ਦੀ ਰਾਇ ਲਈ ਜਾਵੇ, ਉਹ ਪੈਸਾ ਦੇਸ਼ ਦੇ ਵਿਕਾਸ ਦੇ ਵਿੱਚ ਲੱਗੇ, ਸਾਇੰਸ ਦੇ ਉੱਤੇ ਲੱਗੇ, ਮੈਡੀਕਲ ਸੁਵਿਧਾਵਾਂ ਦੇ ਉੱਤੇ ਲੱਗੇ, ਨਾਗਰਿਕਾਂ ਦੀ ਬਿਹਤਰੀ ਦੇ ਵਾਸਤੇ ਉਹ ਪੈਸਾ ਲੱਗੇ, ਅਤੇ ਤੁਸੀਂ ਇਹਨਾਂ ਗੁੰਡਿਆਂ ਦੀ ਖਾਤਰ ਪੈਸਾ ਲਾ ਰਹੇ ਹੋ ਸਾਰਾ ਸਾਡਾ। ਜ਼ਿਲ੍ਹਿਆਂ ਨੂੰ ਤੁਸੀਂ ਹੋਸਟਲ ਬਣਾ ਕੇ ਰੱਖ ਦਿੱਤਾ ਹੈ। ਤੁਸੀਂ ਪਿਛਲੇ ਦਿਨੀ ਇਸ ਪਾਪੀ ਦੀਆਂ ਫੋਟੋਆਂ ਵੇਖੀਆਂ ਹੋਣਗੀਆਂ, ਕਿੱਦਾਂ ਫੁੱਲਾਂ ਵਾਲੀ ਰਜਾਈ ਦੇ ਉੱਤੇ 3 ਫੋਨ ਪਏ ਨੇ ਫਰੀਦਕੋਟ ਜੇਲ੍ਹ ਦੇ ਉੱਤੋਂ। ਪਿਛਲੇ ਦਿਨੀ ਤੁਸੀਂ ਇੱਕ ਇਹਨਾਂ ਨੇ ਪਾਈ ਸੀਗੀ ਸਰਕਾਰ ਦੇ ਜਵਾਈ, ਕੈਪਸ਼ਨ ਪਾਇਆ ਸੀਗਾ ਇੱਦਾਂ ਦਾ ਉਹਦੇ 'ਤੇ ਲਿਖ ਕੇ, ਤਾਂ ਬੇਸ਼ੱਕ ਉਹ 24 ਘੰਟਿਆਂ 'ਚ ਹੀ ਰਿਮੂਵ ਕਰਤਾ, ਪਰੰਤੂ ਫਿਰ ਵੀ ਸਾਡੇ ਕੋਲ ਪਹੁੰਚ ਗਿਆ ਕਾਫੀ ਹੱਦ ਤੱਕ ਉਹ। ਤਾਂ ਉਹ ਜੇ ਉਹਨਾਂ ਦੀ ਇੰਨੀ ਸਰਕਾਰ ਦੇ ਜਮਾਈ ਕਹਿਣ ਦੀ ਹਿੰਮਤ ਹੋਈ ਹੈ, ਤਾਂ ਜੇ ਤੁਸੀਂ ਜਮਾਈਆਂ ਵਾਂਗੂ ਭਾਈ ਰੱਖ ਦਿਓ ਫਿਰ ਹੀ ਕਹਿੰਦੇ ਅਗਲੇ। ਸੋ ਗੌਰਮੈਂਟ ਬਿਲਕੁਲ ਇਸ ਮਾਮਲੇ 'ਚ ਹੱਥ ਖੜ੍ਹੇ ਕਰੀ ਖੜ੍ਹੀ ਹੈ। ਦੋ ਗੱਲਾਂ ਨੇ, ਜਾਂ ਤਾਂ ਇਹ ਇੰਨੇ ਕਮਜ਼ੋਰ ਨੇ ਵੀ ਇਹਨਾਂ 'ਚ ਕੋਈ ਫੈਸਲਾ ਲੈਣ ਦੀ ਪਾਵਰ ਹੀ ਹੈ ਨਹੀਂ, ਜਾਂ ਇਹ ਇੰਨੇ ਬੇਈਮਾਨ ਨੇ ਵੀ ਗੈਂਗਸਟਰਾਂ ਦਾ ਇਕੱਠਾ ਕੀਤਾ ਹੋਇਆ ਪੈਸਾ ਇਹਨਾਂ ਦੀਆਂ ਜੇਬਾਂ ਦੇ ਵਿੱਚ ਜਾ ਰਿਹਾ। ਦੋ ਗੱਲਾਂ ਤਾਂ ਹੈਗੀਆਂ ਨੇ, ਨਹੀਂ ਸਰਕਾਰ ਆਪਣਾ ਰਾਜ ਧਰਮ ਨਿਭਾਵੇ ਤਾਂ ਕੋਈ ਕੌਣ ਰੋਕ ਸਕਦਾ। ਅਸੀਂ ਇੰਨਾ ਵੱਡਾ ਬਦਲਾਅ ਲੈ ਕੇ ਆਏ, ਸਾਨੂੰ ਨਹੀਂ ਪਤਾ ਸੀ ਇਹ ਬਦਲਾਅ ਸਾਡੀਆਂ ਜ਼ਿੰਦਗੀਆਂ ਨੂੰ ਇਸ ਤਰ੍ਹਾਂ ਇੰਨਾ ਜ਼ਿਆਦਾ ਤਬਾਹ ਕਰ ਦੂੰਗਾ। ਇਹਨਾਂ ਨੇ ਇੰਨੀ ਬੁਝਲੀ ਧਾਰ ਲਈ, ਲੱਖਾਂ NRI-ਆਂ ਦੇ ਵਿਦੇਸ਼ਾਂ 'ਚ ਬੈਠਿਆਂ ਦੇ ਮਨਾਂ ਦੇ ਵਿੱਚ ਵੀ ਇਹ ਸੀਗਾ ਵਹਿਮ ਵੀ ਪਤਾ ਨਹੀਂ ਨਵੇਂ ਬੰਦੇ ਆ ਕੇ ਕੀ ਕਰ ਦੇਣਗੇ। ਇਹਨਾਂ ਨੇ ਤਾਂ ਸਾਡਾ ਬੇੜਾ ਹੀ ਗਰਕ ਕਰਤਾ ਬਿਲਕੁਲ। ਆਹ ਤੁਹਾਡੇ ਸਾਹਮਣੇ ਦੇਖ ਲਓ, ਮੇਰਾ ਬੱਚਾ 2 ਮਕਾਨ ਕਮਰਿਆਂ ਦੇ ਮਕਾਨ 'ਚੋਂ ਉੱਠ ਕੇ ਵੀ ਅੱਜ ਮਹਿਲ ਮਾੜੀਆਂ ਤੱਕ ਪਹੁੰਚਿਆ ਸੀ, ਤਾਂ ਸਾਨੂੰ ਨੂੰ ਇਸੇ ਕਰਕੇ ਬੁਰਾ ਲੱਗ ਗਿਆ ਕਿ ਅਸੀਂ ਇਹਨਾਂ ਦੇ ਪੈਰੀਂ ਹੱਥ ਨਹੀਂ ਲਾਏ। ਸਾਨੂੰ
ਕਮਾਈ ਅਸੀਂ ਤਾਂ ਕਰ ਸਕਦੇ ਹਾਂ ਜੇ ਅਸੀਂ ਗੁੰਡਿਆਂ ਦੀ ਅਧੀਨਗੀ ਕਬੂਲ